ਭਾਈਜਾਨ ਅੱਜ ਕਰੋਲਾ 2017 ਮਾਡਲ ਦਾ ਬੰਪਰ ਹੈ ਦੋ ਵਿੱਚੋਂ ਇੱਕ ਕਿਵੇਂ ਬਣਾਈ ਦਾ ਹੈ ਜਾਂ ਇਸ ਦੇ ਥੱਲੇ ਪੱਟੀ ਕਿਵੇਂ ਨਵੀਂ ਲਾਈ ਦੀ ਹੈ ਇਹ ਅੱਜ ਅਸੀਂ ਜਨਾਬ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਇਹ ਅਸੀਂ ਬੰਪਰ ਖੋਲ੍ਹਣ ਲੱਗੇ ਹਾਂ 2016 ਦਾ ਚੈੱਕ ਕਰੋ ਇਸ ਦੇ ਉੱਤੇ ਲੁਕੀਆਂ ਹੁੰਦੀਆਂ ਨੇ ਇਹ ਮੈਂ ਤੁਹਾਨੂੰ ਦੱਸਣਾ ਵਾਂ ਅਤੇ ਇਹ ਵੇ ਇਹ ਵੇਖਦੇ ਪਏ ਜਗ੍ਹਾ ਬਣੀ ਹੁੰਦੀ ਹੈ ਇਸ ਨੂੰ ਉਲਟਾ ਕੀਤਾ ਇਹ ਇਹ ਪਿਆਰ ਨਾਲ ਇਹ ਬੰਪਰ ਹੈ ਉੱਥੋਂ ਟੁੱਟਿਆ ਹੋਇਆ ਅਤੇ ਇਹ ਕੱਟ ਕੇ ਪੀਸ ਇੱਥੇ ਲਾਉਣਾ ਹੈ Tuan Pak Marmen ਤੁਸੀਂ ਪਹਿਲਾਂ
ਪਹਿਲੇ ਦੇਖ ਹੀ ਰਹੇ ਹੋ ਵੀ ਇਹ ਨਾ ਇਹ ਬੰਪਰ ਹੋਰ ਸੀ ਇਹ ਪੱਟੀ ਹੋਰ ਸੀ ਇਹਨਾਂ ਦੋਵਾਂ ਨੂੰ ਜੁਆਇੰਟ ਕਰਕੇ ਤੇ ਜੋੜ ਕਰ ਦਿੱਤਾ ਤੇ ਇਨਸ਼ਾਅੱਲਾ ਜਦੋਂ ਇਹ ਰੰਗ ਹੋ ਜਾਏਗਾ ਬਿਹਤਰੀਨ ਹੋ ਜਾਏਗਾ ਇਹ ਵਾਲਾ ਜਿਹੜਾ ਬੰਪਰ ਸੀ ਨਾ ਪਹਿਲੇ ਤਾਂ ਗੱਡੀ ਦੇ ਨਾਲ ਫਿੱਟ ਸੀ ਇਹ ਦੇਸੀ ਬੰਪਰ ਸੀ ਇਹਦੇ ਵਿੱਚ ਦੇਸੀ ਬੰਪਰ ਦੇ ਵਿੱਚ ਜਿਹੜੀ ਗ੍ਰਿਲ ਆਉਂਦੀ ਉਹਨਾਂ ਫਿਕਸ ਆਉਂਦੀ ਹੈ ਅਤੇ ਇਸ ਗ੍ਰਿਲ ਦੇ ਨਾਲੋਂ ਮੈਂ ਪੀਸ ਕੱਟ ਕੇ ਅਤੇ ਇੱਥੇ ਪੂਰਾ ਕਰ ਦਿੱਤਾ ਹੈ ਔਰ ਬਿਹਤਰੀਨ ਹੋ ਗਿਆ ਤੁਸੀਂ ਵੇਖ ਵੀ ਰਹੇ ਹੋ ਅਤੇ ਤਿੰਨਾਂ ਬੰਪਰਾਂ ਦੇ ਵਿੱਚੋਂ ਤਿੰਨ ਬੰਪਰ ਦੇ ਵਿੱਚੋਂ ਇਹ ਇੱਕ ਰੁਪਇਆ ਬਣਦਾ ਹੈ ਬਹੁਤ ਜਲਦੀ ਕਹੀਏ ਬੰਦਾ ਰਹਿੰਦਾ ਜੀ।